ਸਿੰਘ ਹੀ ਮੈਨੂੰ ਹਮ ਪੰਜਾਬ ਸੇ ਆ ਰਹੇ ਹੈ ਵਾਸਤੇ ਮੈਂ ਆਪਣੇ ਘਰ ਵਾਲੇ ਨੂੰ ਲੈ ਕੇ ਆਈ ਉਹਨਾਂ ਨੂੰ ਕੰਨਾਂ ਦੀ ਪ੍ਰੋਬਲਮ ਸੀਗੀ ਅੱਠ ਸੱਤ ਅੱਠ ਸਾਲ ਹੋ ਗਏ ਉਹਨਾਂ ਨੂੰ ਸੁਣਾਈ ਨਹੀਂ ਦਿੱਤਾ ਜੀ ਫਿਰ ਅਸੀਂ ਯੂਟਿਊਬ 'ਤੇ ਡਾਕਟਰ ਸਾਹਿਬ ਨਾਲ ਦੇਖਿਆ ਉਹਨਾਂ ਦਾ ਜੀ ਯੂਟਿਊਬ ਚੈਨਲ ਅਤੇ ਸਾਲ ਹੋ ਗਏ ਸੀ ਆਉਣਾ ਆਉਣਾ ਇਸੇ ਕਰੀ ਨਹੀਂ ਆਵਾਂਗੇ ਅਚਾਨਕ ਅਤੇ ਫਿਰ ਸਾਡਾ ਪ੍ਰੋਗਰਾਮ ਬਣ ਗਿਆ ਉਹ ਤਾਂ ਜੀ ਕਿ ਇਹਨਾਂ ਨੂੰ ਮਹਿਸੂਸ ਹੋਣ ਲੱਗ ਗਿਆ ਵੀ ਹਾਂਜੀ ਹਾਂ ਵੀ ਫਰਕ ਪੈਣ ਲੱਗ ਗਿਆ ਵੀ ਅੱਜ ਪਹਿਲੇ ਦਿਨ ਹੀ ਆਏ ਸੀ ਜੀ ਅਤੇ ਤਿੰਨ ਘੰਟਿਆਂ ਦੀ ਟ੍ਰੀਟਮੈਂਟ ਨਾਲ ਵੀ ਕੁਛ ਫਰਕ ਇਹਨਾਂ ਨੂੰ ਲੱਗਿਆ ਇਹਨਾਂ ਨੂੰ ਵੀਹ ਪੱਚੀ ਡਾਕਟਰਾਂ ਨੂੰ ਅਸੀਂ ਦਿਖਾ ਪਾਈ ਹਾਂ ਉਹ ਹਰੇਕ ਡਾਕਟਰ ਕਹਿੰਦਾ ਜੀ ਨਹੀਂ ਹੋਣਾ ਨਹੀਂ ਵੀ ਕੁਦਰਤੀ ਆਏ ਜੇ ਹੋ ਗਿਆ ਤਾਂ ਹੋ ਗਿਆ ਨਹੀਂ ਤਾਂ ਪਰਮਾਤਮਾ ਦੇ ਸਿਰ ਤੇ ਉਹ ਕਹਿ ਰਹੇ ਸੀ ਵੀ ਸੱਤ ਅੱਠ ਲੱਖ ਲੱਗ ਜਾਏਗਾ ਤਾਂ ਉਹ ਪਰ ਉਸਦੀ ਗਰੰਟੀ ਨਹੀਂ ਦਿੰਦੇ ਸੀ ਸੁਣਾਈ ਦੇਗਾ ਜਾਂ ਨਾ ਦੇਗਾ ਵੀ ਬਾਅਦ ਮੈਂ ਕੋਮਾ 'ਚ ਵੀ ਜਾ ਸਕਦੇ ਹਾਂ ਭਾਈ ਉਹ ਕਹਿੰਦੇ ਵੀ ਜੇ ਲਾਵਾਂਗੇ ਤਾਂ ਇਸ ਤਰ੍ਹਾਂ ਕਹਿੰਦੇ ਸੀਗੇ ਆਪਣਾ ਟ੍ਰੀਟਮੈਂਟ ਅੱਛਾ ਜੀ ਠੀਕ ਹੈ ਬਹੁਤ ਵਧੀਆ ਹਾਂਜੀ ਉਹ ਸਾਡੇ ਨਾਲ ਦੇ ਹੀ ਉਹ ਪੰਜਾਬ 'ਚ ਆਏ ਜਲੰਧਰ 'ਚ ਆਏ ਹੋਗੇ ਹਾਂ ਮਾਰੇ ਰਿਸ਼ਤੇਦਾਰ ਹੀ ਆਈ ਉਹ ਉਨ੍ਹਾਂ ਦਾ ਰਿਜ਼ਲਟ ਵੀ ਅੱਛਾ ਜੀ ਹਾਂ ਠੀਕ ਹੈ ਹਾਂਜੀ ਹਾਂ ਉਹ ਕਹਿੰਦੇ ਠੀਕ ਹੈ ਹਾਂਜੀ ਇਹ ਬਹੁਤ ਵਧੀਆ ਇੱਥੇ ਇਲਾਜ ਹੁੰਦਾ ਜੀ ਅਤੇ ਆਪਾਂ ਯੂਟਿਊਬ ਚੈਨਲ 'ਤੇ ਦੇਖ ਕੇ ਅਸੀਂ ਵੀ ਆਏ ਕੋਈ ਐ ਨਹੀਂ ਬਿਨਾਂ ਆਪਰੇਸ਼ਨ ਤੋਂ ਆਏ ਬਿਨਾਂ ਮਸ਼ੀਨ ਤੋਂ ਆ ਕੋਈ ਉਹ ਨਹੀਂ ਮਸ਼ੀਨ ਲੱਗੂਗੀ ਤੁਹਾਡੇ ਅਤੇ ਵਧੀਆ ਟ੍ਰੀਟਮੈਂਟ ਦਿੱਤਾ ਜੀ ਇਹਨਾਂ ਨੇ ਸਾਨੂੰ ਵਧੀਆ ਜੀ ਐਮ ਨੂੰ ਕਿਹਾ ਜੀ ਕਿ ਐਵੇਂ ਬਹੁਤ ਵਧੀਆ ਇੱਥੇ ਕਲੀਨਿਕ ਦੇ ਸਾਰਾ ਸਟਾਫ ਚੰਗਾ ਜੀ